ਆਪਣਾ ਆਸਰ ਨੀਵਾਂ ਕਰ ਲਿਆ ਅਤੇ ਉਸ ਬੀੜ ਦਾ ਪ੍ਰਕਾਸ਼ ਰੋਜ਼ਾਨਾ ਸ਼ੁਰੂ ਹੋ ਗਿਆ। ਅਤੇ ਜਦੋਂ ਪ੍ਰਕਾਸ਼ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੋ ਰਿਹਾ ਅਤੇ ਹੁਣ ਉਸਦੇ ਉੱਤੋਂ ਤਾਂ ਉਤਾਰਾ ਹੋ ਨਹੀਂ ਸਕਦਾ। ਅਤੇ ਇੱਕ ਵਾਰੀ ਜਦੋਂ ਪ੍ਰਕਾਸ਼ ਹੋ ਗਿਆ, ਹੁਣ ਇਹ ਤਾਂ ਹੋ ਨਹੀਂ ਸਕਦਾ ਕਿ ਹੁਣ ਬਈ ਅਸੀਂ ਇਹਦਾ ਉਤਾਰਾ ਕਰਨਾ ਹੈ। ਅਤੇ ਉਤਾਰੇ ਵਾਸਤੇ ਵੀ ਸਾਲ ਲੱਗਦੇ ਨੇ, ਕਈ ਸਾਲ ਲੱਗਦੇ ਨੇ। ਉਹ ਇੱਕ ਗੁਰਸਿੱਖ ਕਰ ਰਹੇ ਨਾ ਮਲੇਸ਼ੀਆ 'ਚ, ਜਿਨ੍ਹਾਂ ਨੇ 4 ਪੀੜਾਂ ਲਿਖ ਲਈਆਂ ਅਤੇ ਇਸ ਵੇਲੇ ਵੀ 80 ਕੁ ਸਾਲ ਦੇ ਨੇ ਅਤੇ ਹਾਲੇ ਵੀ ਲਿਖ ਰਹੇ ਨੇ ਅਤੇ ਉਹ ਪ੍ਰੇਮ ਨਾਲ ਸੇਵਾ ਕਰ ਰਹੇ ਨੇ। ਅਤੇ ਉਹ ਗਿਨੀਜ਼ ਬੁੱਕ ਆ ਰਿਕਾਰਡ ਵਿੱਚ ਵੀ ਆਉਣ ਵਾਲਾ ਹੈ ਕਿ ਇੰਨੀ ਵੱਡੀ ਬੀੜ ਉਹਨਾਂ ਨੇ ਆਪ ਲਿਖੀ ਹੈ, ਬੜੇ ਅੱਛੇ ਖੁਸ਼ਕਤ, ਬੜੀ ਅੱਛੀ ਰਾਈਟਿੰਗ ਦੇ ਵਿੱਚ। ਔਰ ਕਈ ਸਾਲ ਲੱਗਦੇ ਨੇ ਇੱਕ ਬੀੜ ਨੂੰ ਲਿਖਦਿਆਂ। ਇਹ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਜੇਕਰ ਤੁਸੀਂ ਇੱਕ ਪੱਤਰਾ ਵੀ ਆਪ ਲਿਖਣਾ ਸ਼ੁਰੂ ਕਰੋ ਅਤੇ ਲਗਾ ਮਾਤਰਾ ਸਹੀ ਰਹਿਣ, ਅਤੇ ਤੁਹਾਨੂੰ ਇੱਕ ਪੰਨੇ ਨੂੰ ਕਾਪੀ ਕਰਨ ਦੇ ਲਈ ਘੱਟੋ ਘੱਟ 4-5 ਘੰਟੇ ਚਾਹੀਦੇ ਨੇ ਕਿ ਤੁਹਾਡੇ ਕੋਲ ਕੋਈ ਗਲਤੀ ਨਾ ਹੋਵੇ, ਤੁਹਾਡੇ ਉਹ ਲਗਾ ਮਾਤਰਾ ਪੂਰੀਆਂ ਸਹੀ ਆਉਣ, ਭਾਵੇਂ ਤੁਹਾਨੂੰ ਬਾਣੀ ਯਾਦ ਵੀ ਹੋਵੇ। ਅਤੇ ਅੰਦਾਜ਼ਾ ਲਗਾਓ ਕਿ ਇਹ ਇੱਕ ਬੀੜ ਲਿਖਣ ਦਾ ਕਿੰਨਾ ਮੁਸ਼ਕਤ, ਕਿੰਨੀ ਮਿਹਨਤ ਲੱਗਦੀ। ਸੋ ਇਹ ਕਦਾਚਿਤ ਮੁਮਕਿਨ ਨਹੀਂ ਕਿ ਇੱਕ ਵਾਰੀ ਪ੍ਰਕਾਸ਼ ਹੋ ਜਾਏ ਅਤੇ ਉਸ ਤੋਂ ਬਾਅਦ ਉਸ ਤੋਂ ਉਤਾਰੇ ਹੋਣਗੇ। ਅਤੇ ਜੇਕਰ ਉਤਾਰੇ ਹੋਏ ਤਾਂ ਉਹ ਜਿਹੜੇ ਭਾਈ ਬੰਨੋ ਜੀ ਨੇ ਐਟ ਏ ਟਾਈਮ ਬੀੜ ਤਿਆਰੀ ਦੇ ਸਮੇਂ ਜਿਹੜੇ ਉਹ ਲਿਖਾਰੀ ਬਿਠਾਏ ਸਨ, ਜਿਹੜੇ ਕਿ ਉਹਨਾਂ ਦੀਆਂ ਕਾਪੀਜ਼ ਕਰ ਰਹੇ ਸਨ, ਉਹਨਾਂ ਕਾਪੀਜ਼ ਤੋਂ ਹੀ ਅੱਗੋਂ ਉਸ ਨਕਲ ਤੋਂ ਹੀ ਅੱਗੇ ਨਕਲ ਹੋਈ ਹੈ। ਇਹ ਨਹੀਂ ਕਿ ਉਹ ਕਰਤਾਰਪੁਰੀ ਬੀੜ ਤੋਂ ਹੀ ਹਮੇਸ਼ਾ ਉਤਾਰੇ ਹੁੰਦੇ ਰਹੇ, ਜਿੰਨੇ ਉਤਾਰੇ ਗੁਰੂ ਸਾਹਿਬ ਦੇ ਵੇਲੇ ਵੀ ਹੋਏ ਨੇ ਉਹ ਸਾਰੇ ਦੇ ਸਾਰੇ ਉਹੀ ਉਤਾਰੇ ਸਨ ਜਿਹੜੇ ਕਿ ਬੰਨੋ ਵਾਲੀ ਬੀੜ ਤੋਂ ਹੋਏ ਅਤੇ ਗੁਰੂ ਸਾਹਿਬ ਦੇ ਵੇਲੇ ਵੀ ਹੋਏ। ਅਤੇ ਇਹ ਹੁਣ ਇੱਕ ਗੱਲ ਹੋਰ ਆਉਂਦੀ ਹੈ ਕਿ ਗੁਰੂ ਸਾਹਿਬ ਨੇ ਉਤਾਰੇ ਗੁਰੂ ਅਰਜਨ ਸਾਹਿਬ ਦੇ ਸਮੇਂ, ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ, ਗੁਰੂ ਹਰ ਰਾਏ ਸਾਹਿਬ ਦੇ ਸਮੇਂ, ਗੁਰੂ ਹਰਕ੍ਰਿਸ਼ਨ ਸਾਹਿਬ ਦੇ ਸਮੇਂ, ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵੀ ਇਹ ਬੀੜਾਂ ਦੇ ਉਤਾਰੇ ਹੁੰਦੇ ਰਹੇ ਨੇ। ਅਤੇ ਲਿਖਾਰੀ ਇਹਨਾਂ ਨੂੰ ਲਗਾਤਾਰ ਲਿਖਣ ਦੀ ਸੇਵਾ ਬਹੁਤ ਵੱਡੀ ਸੇਵਾ ਹੁੰਦੀ ਸੀ। ਅੱਜ ਵਰਗੇ ਛਾਪੇਖਾਨੇ ਤਾਂ ਸਨ ਨਹੀਂ, ਇਹ ਜਿਹੜਾ ਛਪਾਈ ਦਾ ਜਿਹੜਾ ਸਿਸਟਮ ਹੈ, ਜਿਹੜੀ ਟੈਕਨੋਲੋਜੀ ਹੈ, ਇਹ ਜਰਮਨੀ ਵਿੱਚ ਹੋਈ, ਜਰਮਨੀ ਵਿੱਚ ਇਹਦੀ ਇਜਾਦ ਹੋਈ। ਹਿੰਦੁਸਤਾਨ ਦੇ ਵਿੱਚ ਕੈਲਕੱਟਾ ਵਿੱਚ ਪੰਜਾਬੀ ਦੀ ਪਹਿਲੀ ਜਿਹੜੀ ਪ੍ਰੈੱਸ ਹੈ ਉਹ 19ਵੀਂ ਸ਼ਤਾਬਦੀ ਵਿੱਚ ਸ਼ੁਰੂ ਹੋਇਆ ਕੰਮ, ਜਦੋਂ ਉਹਨਾਂ ਨੇ ਪੰਜਾਬੀ ਵਿੱਚ ਪਹਿਲੀ ਬਾਈਬਲ ਲਿਖੀ ਹੈ। ਪੰਜਾਬੀ ਦੇ ਅੰਦਰ ਗੁਰਮੁਖੀ ਅੱਖਰਾਂ ਦੇ ਵਿੱਚ ਜੇ ਕੋਈ ਪਹਿਲੀ ਬੁੱਕ ਪਬਲਿਸ਼ ਹੋਈ ਹੈ ਤਾਂ ਉਹ ਬਾਈਬਲ ਹੈ, ਜਿਹੜੀ ਅੰਗਰੇਜ਼ਾਂ ਨੇ ਕੈਲਕੱਟਾ ਵਿੱਚ ਛਪਵਾਈ, ਉਸ ਤੋਂ ਬਾਅਦ ਲੁਧਿਆਣੇ ਸੈਂਟਰ ਬਣਿਆ। ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਛਪਾਈ ਤਾਂ ਬਹੁਤ ਬਾਅਦ ਵਿੱਚ ਸ਼ੁਰੂ ਹੋਈ ਹੈ, ਅਤੇ ਪਹਿਲਾਂ ਇਹ ਲਿਖਣ ਦੀ ਹੀ ਸੇਵਾ ਹੁੰਦੀ ਸੀ। ਅਤੇ ਲਿਖਣ ਦੀ ਸੇਵਾ ਬਹੁਤ ਵੱਡੀ ਸੇਵਾ ਮੰਨੀ ਜਾਂਦੀ ਸੀ ਕਿ ਜਿਹੜੇ ਵਿਦਵਾਨ ਨੇ, ਜਿਹੜੇ ਲਿਖਾਰੀ ਨੇ, ਉਹ ਇਸ ਲਿਖਣ ਦੀ ਸੇਵਾ ਕਰਿਆ ਕਰਦੇ ਸਨ। ਹੁਣ ਗੱਲ ਆਉਂਦੀ ਹੈ ਕਿ ਜੇ ਇੰਨੀਆਂ ਬੀੜਾਂ ਤਿਆਰ ਹੋਈਆਂ ਸਨ, ਲਿਖੀਆਂ ਸਨ, ਤਾਂ ਉਹ ਮੌਜੂਦ ਵੀ ਹੋਣਗੀਆਂ। ਅਤੇ ਇਹ ਕਿਵੇਂ ਪਤਾ ਲੱਗੇ ਕਿ ਇਹ ਜਿਹੜੀ ਬੀੜ ਹੈ ਗੁਰੂ ਅਰਜਨ ਸਾਹਿਬ ਦੇ ਸਮੇਂ ਦੀ ਹੈ, ਇਹ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਦੀ ਹੈ, ਇਹ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਸਮੇਂ ਦੀ ਹੈ, ਗੁਰੂ ਹਰਿਰਾਏ ਸਾਹਿਬ ਦੇ ਸਮੇਂ ਦੀ ਹੈ? ਸਾਨੂੰ ਜਿੰਨੀਆਂ ਪੁਰਾਤਨ ਬੀੜਾਂ ਮਿਲਦੀਆਂ ਨੇ, ਗੁਰੂ ਹਰਿਰਾਏ ਸਾਹਿਬ ਦੇ ਸਮੇਂ ਦੀਆਂ ਸਭ ਤੋਂ ਜ਼ਿਆਦਾ ਬੀੜਾਂ ਮਿਲਦੀਆਂ ਨੇ। ਆਦਿ ਬੀੜ ਦੇ ਰੂਪ ਵਿੱਚ ਗੁਰੂ ਹਰਿਰਾਏ ਸਾਹਿਬ ਨੇ ਸਭ ਤੋਂ ਜ਼ਿਆਦਾ ਬੀੜਾਂ ਦੇ ਉਤਾਰੇ ਕਰਵਾਏ ਨੇ। ਔਰ ਇਹਨਾਂ ਦਾ ਪ੍ਰਮਾਣ ਸਾਨੂੰ ਕਿੱਥੋਂ ਮਿਲਦਾ ਹੈ ਕਿ ਇਹ ਜਿਹੜੀਆਂ ਬੀੜਾਂ ਨੇ, ਇਹ ਪੁਰਾਤਨ ਬੀੜਾਂ, ਕਿ ਇਹ ਗੁਰੂ ਹਰਿਰਾਏ ਸਾਹਿਬ ਦੇ ਟਾਈਮ ਦੀ ਹੈ? ਇਹਦੇ ਵਿੱਚ ਕੁਝ ਨਿਸ਼ਾਨਦੇਹੀਆਂ ਸਾਨੂੰ ਮਿਲ ਜਾਂਦੀਆਂ ਨੇ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਪਹਿਲਾਂ, ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਸਮਾਂ ਕਾਲ ਹੈ ਨਾ, ਉਹਨੂੰ ਮੈਂ ਇੱਕ ਡਿਵਾਈਡਿੰਗ ਲਾਈਨ ਲੈ ਰਿਹਾ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਬਾਅਦ ਅਤੇ ਉਸਦੇ ਸਮੇਂ ਤੋਂ ਪਹਿਲਾਂ ਇੱਕ ਸਿਗਨੀਫਿਕੈਂਟ ਚੇਂਜ ਹੈ ਲਿਖਣ ਦੇ ਮਨੋਰਥ ਦੇ ਪਿੱਛੇ। ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਜਿਹੜੇ ਵੀ ਲਿਖਾਰੀ ਵਿਦਵਾਨ ਲੋਕ ਆਦਿ ਬੀੜਾਂ ਦੇ ਉਤਾਰੇ ਕਰਦੇ ਸਨ,
ਉਹ ਸ਼ਰਧਾ ਵਸ ਤੇ ਪ੍ਰੇਮ ਵਸ ਕਰਦੇ ਸਨ। ਸਾਲਾਂ ਬੱਧੀ ਮਿਹਨਤ ਹੁੰਦੀ ਸੀ ਬਈ ਅਸੀਂ ਆਪਣੇ ਵੱਲੋਂ ਸੇਵਾ ਕਰ ਰਹੇ ਹਾਂ। ਪਰ ਮਹਾਰਾਜਾ ਰਣਜੀਤ ਸਿੰਘ ਜਦੋਂ ਰਾਜ ਬਣਿਆ ਤਾਂ ਇੱਕ ਚੇਂਜ ਆਈ, ਇੱਕ ਫਰਕ ਆਇਆ। ਉਹ ਪਰਿਵਰਤਨ ਇਹ ਸੀ ਕਿ ਮਹਾਰਾਜਾ ਰਣਜੀਤ ਸਿੰਘ ਕੋਲੋਂ ਜਿਹੜੇ ਲਿਖ ਕੇ ਲਿਆਉਂਦੇ ਸਨ ਉਹਨਾਂ ਨੂੰ ਵੱਡੇ ਵੱਡੇ ਇਨਾਮ ਮਿਲਣੇ ਸ਼ੁਰੂ ਹੋ ਗਏ, ਉਹਨਾਂ ਨੂੰ ਜਗੀਰਾਂ ਮਿਲਣੀਆਂ ਸ਼ੁਰੂ ਹੋ ਗਈਆਂ। ਜਿਸ ਕਾਰਨ ਕੀ ਹੋਇਆ ਕਿ ਲੋਕਾਂ ਨੇ ਜਿਹੜੀਆਂ ਪੁਰਾਤਨ ਬੀੜਾਂ ਨੇ ਬਈ ਇਹ ਪੁਰਾਣੀ ਦਿਖਾਉਣ ਵਾਸਤੇ ਉਹਦੇ ਉੱਤੇ ਆਪ ਇੱਕ ਹੜਤਾਲ ਫੇਰ ਕੇ ਭਾਵ ਉਹਨੂੰ ਮਿਟਾ ਕਰਕੇ ਅਤੇ ਆਪ ਸੰਮਤ ਲਿਖ ਲੈਣਾ, ਉਸ ਉੱਤੇ ਆਪ ਓਵਰ ਰਾਈਟਿੰਗ ਕਰ ਲੈਣੀ ਜਾਂ ਸਿਆਹੀ ਫੇਰ ਕੇ ਉਹਦੇ ਉੱਤੇ ਦੁਬਾਰਾ ਲਿਖ ਲੈਣਾ ਜਾਂ ਅਲੱਗ ਲਿਖ ਲੈਣਾ ਜਾਂ ਹਾਸ਼ੀਏ ਤੋਂ ਬਾਹਰ ਲਿਖ ਲੈਣਾ। ਇਸ ਤਰ੍ਹਾਂ ਦਾ ਕੰਮ ਵੱਡੇ ਵੱਡੇ ਇਨਾਮਾਂ ਦੇ ਲਾਲਚ ਵਿੱਚ ਲੋਕਾਂ ਨੇ ਪੁਰਾਤਨ ਬੀੜਾਂ ਦੇ ਨਾਲ ਹਸਤਖੇਪਤਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਬਾਅਦ ਦੀਆਂ ਜਿਹੜੀਆਂ ਬੀੜਾਂ ਨੇ ਉਹਨਾਂ ਨੂੰ ਵਾਚਣ ਵਾਸਤੇ, ਉਹਨਾਂ ਨੂੰ ਪੜਤਾਲਣ ਵਾਸਤੇ, ਉਹਨਾਂ ਨੂੰ ਪੜਚੋਲਣ ਵਾਸਤੇ ਵੀ ਆਰ ਟੂ ਬੀ ਵੈਰੀ ਵੈਰੀ ਕੌਸ਼ੀਅਸ ਕਿ ਕਿਧਰੇ ਲੋਕਾਂ ਨੇ ਇਹੋ ਜਿਹੇ ਲੋਕਾਂ ਨੇ ਤਾਂ ਨਹੀਂ ਇਹੋ ਜਿਹਾ ਕੰਮ ਕੀਤਾ ਹੋਇਆ। ਜਦਕਿ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਦੇ ਜਿਹੜੇ ਲਿਖਾਰੀ ਨੇ ਉਹਨਾਂ ਦੀ ਇਬਾਰਤ ਥੋੜ੍ਹੀ ਸੁਣਨਾ ਕਿ ਉਹ ਇਹ ਕਹਿੰਦੇ ਨੇ ਜਿਸ ਵੇਲੇ ਬੀੜ ਸਮਾਪਤ ਹੁੰਦੀ ਹੈ ਅਤੇ ਉਹ ਲਿਖਦੇ ਨੇ ਜਿਸ ਤਰ੍ਹਾਂ ਆਦ ਬੀੜ ਭੱਲੇ ਕੀ ਨਕਲ ਦਰ ਨਕਲ, ਨਕਲ ਦਰ ਨਕਲ, ਦਰ ਨਕਲ ਦਰ ਨਕਲ ਕੀ ਨਕਲ। ਮੈਂ ਇੱਕ ਵਾਰੀ ਫਿਰ ਕਹਿਣਾ, ਜਾਂ ਬੰਨੋ ਵਾਲੀ ਬੀੜ ਜਾਂ ਭਾਈ ਭੱਲੇ ਵਾਲੀ ਬੀੜ ਕੀ ਨਕਲ ਦਰ ਨਕਲ, ਦਰ ਨਕਲ ਦਰ ਨਕਲ ਕੀ ਨਕਲ, ਭਾਵ ਮੈਂ ਕਿਹੜੀ ਨਕਲ ਕਰ ਰਿਹਾ, ਮੈਂ ਕਿਸ ਤੋਂ ਕਾਪੀ ਕਰ ਰਿਹਾ। ਨਕਲ ਨਕਲ ਜਿੰਨੀ ਵਾਰੀ ਆਏਗਾ ਉਨੀ ਵੀ ਕਾਪੀ ਤੋਂ ਨਕਲ ਹੋਈ ਹੈ ਕਿ ਮੈਂ ਓਰਿਜਿਨਲ ਸੋਰਸ ਤੋਂ ਨਹੀਂ ਕਰ ਰਿਹਾ, ਮੈਂ ਉਸ ਕਾਪੀ ਤੋਂ ਕਰ ਰਿਹਾ ਜਿਹੜੀ ਮੇਰੇ ਕੋਲ ਪੰਜਵੀਂ ਥਾਈਂ ਜਾਂ ਸੱਤਵੀਂ ਥਾਈਂ ਪਹੁੰਚੀ ਹੈ। ਅਤੇ ਆਪਣੇ ਆਪ ਨੂੰ ਕੀ ਕਹਿੰਦੇ ਨੇ, ਪਤਤ ਦਰ ਪਤਤ ਦਰ ਪਤਤ ਹੂੰ ਪਤਤ ਸਤਿਗੁਰੂ ਬਖਸ਼ਿੰਦ, ਇਸ ਪਤਤ ਨੂੰ ਮੇਰੇ ਕੋਲੋਂ ਭੁੱਲਾਂ ਹੋਈਆਂ ਨੇ। ਭਾਵ ਜਿਹੜਾ ਲਿਖਾਰੀ ਲਿਖ ਰਿਹਾ ਕਿੰਨੀ ਨਿਬਰਤਾ ਦੇ ਅੰਦਰ ਇਹ ਭਾਵ ਬੀੜ ਦੇ ਅੰਤ ਵਿੱਚ ਲਿਖਦਾ, ਪੁਰਾਤਨ ਬੀੜਾਂ ਦੇ ਅੰਤ ਵਿੱਚ, ਜਿੱਥੋਂ ਦੀ ਅੰਦਾਜ਼ਾ ਲੱਗ ਸਕਦਾ ਕਿ ਉਹਨਾਂ ਨੇ ਕਿੰਨੀ ਨਿਮਰਤਾ ਦੇ ਵਿੱਚ, ਕਿੰਨੇ ਸੇਵਾ ਭਾਵ ਦੇ ਵਿੱਚ ਉਹ ਕੰਮ ਕੀਤਾ ਅਤੇ ਆਪਣੇ ਆਪ ਨੂੰ ਨਾਚੀਜ਼ ਸਮਝਦਾ, ਇਸ ਗੱਲ ਦਾ ਹੰਕਾਰ ਵੀ ਨਹੀਂ ਕਿ ਮੈਂ ਇਹ ਕੰਮ ਕੀਤਾ ਜਾਂ ਮੈਨੂੰ ਕੋਈ ਇਨਾਮ ਦਾ ਲਾਲਚ ਹੈ, ਕੇਵਲ ਕੇਵਲ ਇਹ ਸੇਵਾ ਇਸ ਲਈ ਕਿ ਗੁਰੂ ਇਸ ਸੇਵਾ ਨੂੰ ਥਾਏ ਪਾ ਲਵੇ, ਮੇਰੇ ਮੇਰੀਆਂ ਭੁੱਲਾਂ ਨੂੰ ਬਖਸ਼ ਲਵੇ ਅਤੇ ਫਿਰ ਮੈਂ ਇਹ ਪੂਰੀ ਅਥੈਂਟਿਕ ਪੂਰੀ ਦਿਆਨਤਦਾਰੀ ਦੇ ਨਾਲ ਉਹ ਇਹ ਵੀ ਗੱਲ ਲਿਖਦਾ ਕਿ ਮੈਂ ਇਹ ਕਿਹੜੀ ਨਕਲ ਦੀ ਗੱਲ ਕਰ ਰਿਹਾ, ਕਿੰਨੀ ਵੀ ਨਕਲ ਹੈ ਇਹ। ਇਹ ਸਾਰੀ ਜਿਹੜੀ ਵੇਰਵੇ ਨੇ ਇਹ ਉਹਨਾਂ ਪੁਰਾਤਨ ਬੀੜਾਂ ਦੇ ਵਿੱਚ ਮਿਲਦੇ ਨੇ। ਫਿਰ ਬੀੜਾਂ ਦੇ ਅੰਦਰ ਇੱਕ ਗੱਲ ਹੋਰ ਮਿਲਦੀ ਹੈ ਪੁਰਾਤਨ ਬੀੜਾਂ ਦੇ ਅੰਦਰ, ਉਹ ਹੈ ਚਲੰਤ ਜੋਤੀ ਜੋਤ ਸਮਾਣੇ ਕਾ। ਬੀੜਾਂ ਇਹੋ ਜਿਹੀਆਂ ਵੀ ਨੇ ਜਿਨ੍ਹਾਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਇਹ ਬੀੜ ਗੁਰੂ ਅਰਜਨ ਸਾਹਿਬ ਦੇ ਵੇਲੇ ਦੀ ਹੈ, ਪਰ ਹੁੰਦਾ ਕੀ ਹੈ, ਉਸ ਵਿੱਚ ਜਦੋਂ ਲਿਖਿਆ ਜਾਂਦਾ ਗੁਰੂ ਨਾਨਕ ਜੋਤੀ ਜੋਤ ਸਮਾਏ, ਅੱਗੋਂ ਤਿੱਥੀ ਆ ਜਾਏਗੀ ਅਸੂਬੁੱਧੀ ਦੱਸ, ਗੁਰੂ ਅੰਗਦ ਜੋਤੀ ਜੋਤ ਸਮਾਏ, ਗੁਰੂ ਅਮਰਦਾਸ ਜੋਤੀ ਜੋਤ ਸਮਾਏ, ਗੁਰੂ ਰਾਮਦਾਸ ਜੋਤੀ ਜੋਤ ਸਮਾਏ, ਗੁਰੂ ਅਰਜਨ ਜੋਤੀ ਜੋਤ ਸਮਾਏ, ਗੁਰੂ ਹਰਗੋਬਿੰਦ ਜੋਤੀ ਜੋਤ ਸਮਾਏ। ਅਤੇ ਕਿਹਾ ਜਾਂਦਾ ਕਿ ਇਹ ਬੀੜ ਗੁਰੂ ਅਰਜਨ ਸਾਹਿਬ ਦੇ ਵੇਲੇ ਦੀ ਹੈ, ਜਦਕਿ ਚਲੰਤ ਜੋਤੀ ਜੋਤ ਸਮਾਣੇ ਦਾ ਗੁਰੂ ਹਰਗੋਬਿੰਦ ਸਾਹਿਬ ਤੱਕ ਹੈ, ਭਾਵ ਗੁਰੂ ਹਰਗੋਬਿੰਦ ਸਾਹਿਬ ਦੇ ਜੋਤੀ ਜੋਤ ਸਮਾਣੇ ਦਾ ਚਲੰਤ ਉਹ ਕਿਵੇਂ ਲਿਖ ਸਕਦਾ ਜਦਕਿ ਗੁਰੂ ਅਰਜਨ ਪਾਤਸ਼ਾਹ ਦੇ ਸਮੇਂ ਉਸਨੇ ਬੀੜ ਲਿਖੀ ਹੈ। ਸੋ ਇਹ ਕੁਝ ਇੰਟਰਪੋਲੇਸ਼ਨਸ, ਇਹ ਕੁਝ ਫਾਲਤੂ, ਮਤਲਬ ਕਿ ਆਪਣੇ ਆਪ ਨੂੰ ਪੁਰਾਤਨ ਸਿੱਧ ਕਰਨ ਵਾਸਤੇ, ਉਹਦੀ ਅਥੈਂਟਿਕ ਸਿਟੀ ਨੂੰ ਸੈਟਲ ਕਰਨ ਵਾਸਤੇ ਇਹ ਕੁਝ ਨੁਕਤੇ ਨੇ ਪੁਰਾਤਨ ਬੀੜਾਂ ਦੇ ਅੰਦਰ ਜਿਹੜੇ ਕਿ ਬੜੇ ਧਿਆਨ ਮੰਗਦੇ ਨੇ।
ਮਤੀ ਇਹ ਗੱਲ ਨਹੀਂ ਹੈ ਕਿ ਬਾਣੀ ਤੋਂ ਇਲਾਵਾ ਉਸ ਵਿੱਚ ਕੁਝ ਇਤਿਹਾਸਕ ਹਵਾਲੇ ਨੇ ਜਿਨ੍ਹਾਂ ਤੋਂ ਇਹ ਅੰਦਾਜ਼ਾ ਲੱਗ ਸਕਦਾ। ਇਸ ਤਰ੍ਹਾਂ ਦੇ 41 ਕੁ ਨੁਕਤੇ ਮਨੋਹਰ ਸਿੰਘ ਮਾਰਕੋਸ ਨੇ ਤਿਆਰ ਕੀਤੇ ਕਿ ਇਹ ਕਿਵੇਂ ਇਸ ਬੀੜ ਦੀ ਅਥੈਂਟਿਸਿਟੀ ਨੂੰ ਅਸੀਂ ਪਰਖ ਸਕਦੇ ਹਾਂ। ਕਈ ਬੀੜਾਂ ਦੇ ਅੰਦਰ ਜਿਵੇਂ ਸਿਆਹੀ ਫੇਰ ਦਿੱਤੀ ਜਾਂਦੀ ਹੈ ਅਤੇ ਉਹ ਕੈਮਰਾਮੈਨ ਆਪਣਾ ਸ਼ੋਕੀਆ ਕੈਮਰਾਮੈਨ ਵੀ ਸਨ ਅਤੇ ਫਿਲਟਰ ਲੈਂਸ ਲਗਾ ਕਰਕੇ ਹੜਤਾਲ ਕਿਸ 'ਤੇ ਫੇੜੀ ਹੈ ਉਹ ਨੀਚੇ ਦੀ ਗੱਲ ਉਭਰ ਕੇ ਸਾਹਮਣੇ ਆ ਜਾਂਦੇ ਆ, ਕੈਮਰੇ ਵਿੱਚ ਕੈਦ ਹੋ ਜਾਂਦੀ ਹੈ। ਅਤੇ ਉਹਨਾਂ ਨੇ ਇਸ ਤਰ੍ਹਾਂ ਵੀ ਕਈ ਬੀੜਾਂ ਦੀ ਕਿ ਇਹ ਬੀੜ ਕਹੀ ਜਾਂਦੀ ਹੈ ਪੁਰਾਤਨ ਪਰ ਹੈ ਨਹੀਂ, ਉਹਦੇ ਉੱਤੇ ਜਿਹੜੀ ਸਿਆਹੀ ਫੇਰੀ ਗਈ ਹੈ ਉਹ ਕਿਹੜੀ ਗੱਲ ਨੂੰ ਛੁਪਾਇਆ ਗਿਆ ਉਹ ਗੱਲ ਉਹਨਾਂ ਨੇ ਉਸ ਨੂੰ ਪ੍ਰਗਟ ਕੀਤੀ ਹੈ। ਸਾਡੇ ਕੋਲ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰੂ ਸਾਹਿਬਾਨ ਦੀ ਹੱਥ ਲਿਖਤ ਮੌਜੂਦ ਹੈ। ਉਹ ਆਪਣੇ ਜਿਹੜੀ ਬੁੱਕਸ ਨੇ ਉਹਨਾਂ ਦੇ ਵਿੱਚ ਉਹ ਦੇ ਰਹੇ ਨੇ ਕਿ ਹਰ ਗੁਰੂ ਸਾਹਿਬ ਦੇ। ਅਤੇ ਇਸ ਲਈ ਇਹ ਜੋ ਪੁਰਾਤਨ ਬੀੜਾਂ ਨੇ ਇਹ ਸਾਡੇ ਲਈ ਬਹੁਤ ਵਡਮੁੱਲਾ ਬੜਾ ਅਨਮੋਲ ਖਜ਼ਾਨਾ ਨੇ ਇਤਿਹਾਸ ਦਾ ਅਤੇ ਗੁਰੂ ਸਾਹਿਬ ਦੇ ਮੁਬਾਰਕ ਹਸਤਾਖਰਾਂ ਦਾ ਜਿਹੜੇ ਸਾਡੇ ਕੋਲ ਇਸ ਵੇਲੇ ਮੌਜੂਦ ਨੇ। ਪਰ ਅਫਸੋਸ ਇਸ ਵਿੱਚ ਇੱਕ ਗੱਲ ਦਾ ਆਉਂਦਾ ਹੈ ਕਿ ਸਾਡੀ ਸਾਰੀ ਕੌਮ ਇਤਿਹਾਸ ਦੇ ਪ੍ਰਤੀ ਬੜੀ ਬੇਰੁਖੀ ਰੱਖਦੀ ਹੈ। ਜਿੱਥੇ ਅਸੀਂ ਗੁਰੂ ਸਾਹਿਬ ਦੀਆਂ ਪੁਰਾਤਨ ਚੀਜ਼ ਉਹਨਾਂ ਦੀ ਬਿਲਡਿੰਗਸ ਉਹਨਾਂ ਦੇ ਜਿਹੜੇ ਅਸਥਾਨ ਨੇ ਉਹਨਾਂ ਦੇ ਪ੍ਰਤੀ ਸਾਡਾ ਬਹੁਤ ਅਵੇਸਲਾਪਨ ਹੈ। 84 ਤੋਂ ਬਾਅਦ ਅਕਾਲ ਤਖਤ ਸਾਹਿਬ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੇ ਖੁਦ ਜਿਹੜੀ ਨੀਂਹ ਰੱਖੀ ਹੈ ਉਹ ਸਾਰੇ ਨੂੰ ਢਾਹ ਢੇਰੀ ਢਾਹ ਕੇ ਉਹ ਬੜੀ ਮੁਸ਼ਕਲ ਨਾਲ ਪ੍ਰਿੰਸੀਪਲ ਹਰਭਜਨ ਸਿੰਘ ਜੀ ਨੇ ਉਹ ਥੋੜ੍ਹੀ ਜਿੰਨੀ ਜਗ੍ਹਾ ਬਚਾ ਲਈ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਨੇ ਜਿਸ ਦੀ ਨੀਂਹ ਰੱਖੀ ਸੀ। ਹਰਿਮੰਦਰ ਸਾਹਿਬ ਦਾ ਜੇ ਆਪ ਨੂੰ ਯਾਦ ਹੋਵੇ ਤਾਂ ਉੱਥੇ ਕਿੰਨੇ ਬੁੰਗੇ ਸਨ, ਇੱਕ ਬੁੰਗਾ ਬਚ ਗਿਆ ਜੱਸਾ ਸਿੰਘ ਰਾਮਗੜੀਆ ਵਾਲਾ। ਤੁਸੀਂ ਅੱਜ ਵੀ ਜਾਓਗੇ 3 ਮੰਜ਼ਲਾਂ ਨੀਚੇ ਹੈ, ਉੱਥੇ ਖੂਹ ਵੀ ਹੈ, ਉਹ ਪੁਰਾਣਾ ਤਖ਼ਤ ਵੀ ਪਿਆ। ਅਸੀਂ ਹਰਿਮੰਦਰ ਸਾਹਿਬ ਜਾਂਦੇ ਹਾਂ ਸ਼ਾਇਦ ਉਹ ਜਗ੍ਹਾ ਨਹੀਂ ਦੇਖਦੇ ਹਾਂ। ਉਹ ਰਾਮਗੜੀਆ ਟਰੱਸਟ ਨੇ ਉਹ ਜਗ੍ਹਾ ਲੈ ਲਈ ਹੈ ਔਰ ਉਸ ਨੂੰ ਇੱਕ ਬੜਾ ਹਾਈਟੈਕ ਮਿਊਜ਼ੀਅਮ ਬਣਾਉਣ ਲੱਗੇ ਨੇ ਕਿਉਂਕਿ ਉਹ ਪੁਰਾਣੀ ਇੱਟ ਨੂੰ ਉਸੇ ਤਰ੍ਹਾਂ ਹੀ ਪ੍ਰਿਜ਼ਰਵ ਕਰਨਗੇ। ਵਰਲਡ ਓਵਰ ਅਸੀਂ ਕਿਵੇਂ ਚੀਜ਼ਾਂ ਨੂੰ ਸੰਭਾਲ ਕੇ ਰੱਖਦੇ ਹਾਂ, ਪਰ ਸਾਡਾ ਬਹੁਤ ਵੱਡਾ ਵੇਸਲਾਪਨ ਹੈ। ਈਵਨ ਗੁਰਦੁਆਰਾ ਮਾਤਾ ਸੁੰਦਰੀ ਦੀ ਇਮਾਰਤ ਜਿਹੜੀ ਪੁਰਾਤਨ ਇਮਾਰਤ ਸੀ ਥੱਲੇ ਭੋਰਾ ਹੁੰਦਾ ਸੀ, ਬੜੀਆਂ ਇਤਿਹਾਸਕ ਵਡਮੁੱਲੀਆਂ ਚੀਜ਼ਾਂ ਸਨ ਜਿਹਨੂੰ ਬਰਾਬਰ ਕਰ ਦਿੱਤਾ ਗਿਆ ਅਤੇ ਹੁਣ ਸਾਰਾ ਸੰਗਮਰਮਰ ਲਗਾ ਦਿੱਤਾ। ਪਤਾ ਨਹੀਂ ਸਾਨੂੰ ਕਦੋਂ ਇਸ ਗੱਲ ਦੀ ਪਤਾ ਲੱਗੇਗਾ, ਅਸੀਂ ਸਾਰੇ ਗੁਰਦੁਆਰਿਆਂ ਦੇ ਬਾਥਰੂਮ ਟਾਈਲਸ ਨਾਲ ਉਹਨੂੰ ਸ਼ਿੰਗਾਰ ਰਹੇ ਹਾਂ। ਇਹ ਸਾਡੀ ਕਿੰਨੀ ਕੁ ਸੋਚ ਅਗਾਂਹ ਵਧੂ ਹੈ ਕਿ ਪਿਛਾਂਹ ਖਿੱਚੂ ਹੈ। ਗੁਰਦਾਸ ਨੰਗਲ ਦੀ ਗੜੀ ਲੈ ਲਓ, ਭਾਵੇਂ ਉਹ ਫਤਿਹਗੜ੍ਹ ਸਾਹਿਬ ਦਾ ਸਥਾਨ ਲੈ ਲਓ ਜਿੱਥੇ ਸਾਹਿਬਜ਼ਾਦਿਆਂ ਨੂੰ ਨੀਹਾਂ ਵੀ ਚਿਣਿਆ ਗਿਆ ਸੀ, ਸਾਡੀਆਂ ਉਹ ਚੀਜ਼ਾਂ ਖਤਮ ਨੇ। ਅਸੀਂ ਬੱਚਿਆਂ ਨੂੰ ਕਿਵੇਂ ਉਸ ਇਤਿਹਾਸ ਨਾਲ ਜੋੜਾਂਗੇ? ਅਤੇ ਇਹੀ ਗੱਲ ਪੁਰਾਤਨ ਬੀੜਾਂ ਦੇ ਨਾਲ ਵੀ ਹੈ। ਅੱਜ ਬਹੁਤ ਵੱਡੀਆਂ ਵੱਡੀਆਂ ਸੰਸਥਾਵਾਂ ਬਣੀਆਂ ਹੋਈਆਂ ਨੇ ਜਿਹੜੀਆਂ ਕਿ ਪੁਰਾਤਨ ਬੀੜਾਂ ਦਾ ਸੰਸਕਾਰ ਕਰ ਰਹੀਆਂ ਨੇ। ਬਿਰਜ ਬੀੜਾਂ ਦੇ ਸੰਸਕਾਰ ਦੇ ਨਾਂ ਹੇਠ ਬਹੁਤ ਸਾਰੀਆਂ ਹੱਥ ਲਿਖਤ ਬੀੜਾਂ ਅਗਨ ਭੇਟ ਹੋ ਚੁੱਕੀਆਂ ਨੇ। ਔਰ ਅਵੇਸਲਾਪਨ ਕਿੰਨਾ ਹੈ, ਬਨਾਰਸ ਦੇ ਵਿੱਚ ਇੱਕ ਗੁਰਦੁਆਰਾ ਹੁੰਦਾ ਸੀ ਜਿਸ ਥਾਂ 'ਤੇ ਬੜੀ ਸੰਗਤ ਗੁਰਦੁਆਰਾ, ਉਸ 'ਤੇ ਪੁਰਾਤਨ ਬੀੜਾਂ ਦਾ ਪੂਰਾ ਢੇਰ, ਕਾਫੀ ਗੁਰਦੁਆਰਾ ਸਾਹਿਬ ਦੇ ਅੰਦਰ ਪੁਰਾਤਨ ਬੀੜਾਂ ਸਨ। ਮਾਰਕੋ ਸਾਹਿਬ ਨੇ ਆਪ ਦਰਸ਼ਨ ਕੀਤੇ ਅਤੇ ਉਹ ਦਰਸ਼ਨ ਕਰਕੇ ਆਏ ਅਤੇ 3 ਸਾਲ ਬਾਅਦ ਕਹਿਣ ਲੱਗੇ ਕਿ ਮੈਂ ਦੁਬਾਰਾ ਉਹਨਾਂ ਬੀੜਾਂ ਨੂੰ ਇੱਕ ਵਾਰੀ ਦੇਖਾਂ, ਕੁਝ ਫੋਟੋ ਕਾਪੀਜ਼ ਰਹਿ ਗਈਆਂ ਮੈਂ ਕਰ ਲਵਾਂ। ਦੁਬਾਰਾ ਉਸ ਸਥਾਨ 'ਤੇ ਗਏ, ਭਾਈ ਸਾਹਿਬ ਨੂੰ ਪੁੱਛਿਆ ਕਿ ਇੱਥੇ ਪੁਰਾਤਨ ਬੀੜਾਂ ਹੁੰਦੀਆਂ ਸਨ? ਭਾਈ ਸਾਹਿਬ ਕਹਿੰਦੇ ਜੀ ਸਾਨੂੰ ਤਾਂ ਪਤਾ ਨਹੀਂ। ਕਹਿਣ ਲੱਗਾ ਮੈਂ ਖੁਦ ਦੇਖੀਆਂ ਨੇ, ਇੱਥੇ ਪੁਰਾਤਨ ਬੀੜਾਂ ਬਹੁਤ ਸਾਰੀਆਂ ਸਨ। ਕਹਿੰਦਾ ਹੁਣ ਉਹ ਪੁਰਾਣਾ ਗੁਰਦੁਆਰਾ ਖਤਮ ਹੋ ਗਿਆ ਸੀ ਅਤੇ ਨਵਾਂ ਗੁਰਦੁਆਰਾ ਸੰਗਮਰਮਰ ਦਾ ਬਣ ਗਿਆ। ਅਤੇ ਭਾਈ ਸਾਹਿਬ ਕਹਿੰਦੇ ਨੇ ਹਾਂ ਜੀ ਉੱਤੇ ਪੁਰਾਣਾ ਕਮਰਾ ਹੈਗਾ, ਉਹਦੇ ਵਿੱਚ ਪੀਏ ਨੇ ਬੀੜਾਂ। ਕਹਿੰਦੇ ਮੈਨੂੰ ਉਹ ਲਿਜਾਓ, ਦਰਸ਼ਨ ਕਰਾਓ। ਕਹਿੰਦਾ ਉੱਤੇ ਗਏ, ਉਹਨੇ ਦਰਵਾਜ਼ਾ ਖੋਲ੍ਹਿਆ ਅਤੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਇੰਝ ਅੰਦਰੋਂ ਦੀ ਹੁੰਮਸ ਨਿਕਲੀ, ਕਈ ਸਾਲਾਂ ਤੋਂ ਕਈ ਮਹੀਨਿਆਂ ਤੋਂ ਇਹ ਦਰਵਾਜ਼ਾ ਖੁੱਲ੍ਹਿਆ ਨਹੀਂ ਸੀ। ਕਹਿੰਦਾ ਅੱਛਾ ਮੈਂ
पीड़ा साहब रखिया साफ रुमाल।